ਨੇਹ ਹੈ ਤੁਸੀਂ ਹਮੇਸ਼ਾ ਮੈਨੂੰ ਸਵਾਲ ਪੁੱਛਦੇ ਹੋ ਅੱਜ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਤੁਸੀਂ ਬਈ ਫਿਲਮਾਂ ਫਿਲਮਾਂ ਦੇਖਣ ਸ਼ੌਕਤ ਨਹੀਂ ਰੱਖਦੇ ਨਹੀਂ ਰੱਖਦੇ ਨਾ ਇਸੇ ਕਰਕੇ ਮੈਂ ਸਵਾਲ ਲੈ ਕੇ ਆਇਆ ਤਾਂ ਕਿ ਤੁਸੀਂ ਜਵਾਬ ਨਾ ਦੇ ਸਕੋ ਤੁਸੀਂ ਨਾ ਪੰਜ ਇਹੋ ਜੀ ਫਿਲਮਾਂ ਦੇ ਨਾਮ ਦੱਸਣੇ ਨੇ ਤੁਹਾਡੇ ਜਿਹੜੇ ਫਾਲੋਅਰ ਨੇ ਉਹ ਵੀ ਜਵਾਬ ਦੇ ਸਕਦੇ ਨੇ ਤੁਹਾਡੀ ਸਪੋਰਟ ਕਰਨ ਦੇ ਲਈ ਤੇ ਤੁਸੀਂ ਆਪਣੇ ਆਪ ਹੀ ਹੁਣ ਜਵਾਬ ਲੈਣੇ ਨੇ ਉਹਨਾਂ ਤੋਂ ਠੀਕ ਹੈ ਨਹੀਂ ਦਿਓ ਹੁਣ ਕਰਿਓ ਸਪੋਰਟ ਭਾਈ ਹੈਲਪ ਮੀ ਪਲੀਜ਼ ਪੰਜ ਇਹੋ ਜੀ ਫਿਲਮਾਂ ਦੇ ਨਾਮ ਦੱਸੋ ਨੇ ਹਾ ਜੀ ਜਿਹਦੇ ਵਿੱਚ ਜੱਟ ਯਾ ਜੱਟੀ ਸ਼ਬਦ ਆਂਦਾ ਹੈ ਮਤਲਬ ਫਿਲਮਾਂ ਦਾ ਜਾਂ ਜੱਟੀ ਹਾਂ ਫਿਲਮਾਂ ਦਾ ਨਾਮ ਹੋਏਗਾ ਕੋਈ ਵੀ ਹਨਾ ਉਸ ਨਾਮ ਦੇ ਵਿੱਚ ਜੱਟ ਜਾਂ ਜੱਟੀ ਸ਼ਬਦ ਆਏ ਬਟ ਇਹ ਜਿਹੜੀ ਫਿਲਮਾਂ ਨੇ ਨਾ ਸੰ 2000 ਤੋਂ ਪੁਰਾਣੀ ਹੋਣੀ ਚਾਹੀਦੀ ਹੈ ਨਵੀਂ ਨਹੀਂ ਹੋਣੀ ਚਾਹੀਦੀ ਜੱਟ ਜਾਂ ਜੱਟੀ ਆਏ ਬਟ ਪੁਰਾਣੀ ਹੋਣੀ ਹੈ ਬੱਸ ਇਹ ਜੋ ਤੁਹਾਨੂੰ ਪਤਾ ਵੀ ਮੈਂ ਫਿਲਮਾਂ ਦੇਖਦੀ ਹੂ ਹੀ ਨਹੀਂ ਕੈਸਾ ਮੈਂ ਸਵਾਲ ਲੈ ਕੇ ਆਇਆ ਤਾਂ ਕਿ ਤੁਹਾਨੂੰ ਜਵਾਬ ਨਾ ਦੱਸ ਸਕੋ ਤੁਸੀਂ ਹਾਰ ਜਾਓ ਤੇ ਪੀਜ਼ਾ ਖਾਣ ਨੂੰ ਮੈਨੂੰ ਮਿਲੇ ਆਹ ਥੋੜਾ ਨਾ ਹੁੰਦਾ ਵੀ ਬੰਦੇ ਨੂੰ ਜਿਹੜੀ ਨੌਲੇਜ ਹੁੰਦੀ ਆ ਉਹਦੇ ਬਾਰੇ ਪੁੱਛਣਾ ਚਾਹੀਦਾ ਨਹੀਂ ਬੰਦੇ ਨੂੰ ਜਿਹੜੀ ਨੌਲੇਜ ਨਹੀਂ ਆ ਉਹ ਸਵਾਲ ਪੁੱਛਣਾ ਚਾਹੀਦਾ ਤਾਂ ਕਿ ਉਹ ਨੌਲੇਜ ਹੀ ਬੰਦੇ ਨੂੰ ਆਏ ਫਿਰ ਆਹ ਥੋੜਾ ਨਾ ਦਵਾਉਂਦੇ ਹੁੰਦੇ ਨੇ ਉਹ ਨੂੰ ਪੜਾਉਂਦੇ ਹੁੰਦੇ ਨੇ ਵੀ ਹਾਂ ਭਾਈ ਆ ਵੀ ਪੜੋ 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 ਹੀ ਕਲਮ ਬਣਾ ਕਰਦੇ ਪੜ ਕੇ ਆਇਆ ਕਰੋ ਮੈਂ ਵੀ ਅੱਗੇ ਆਇਆ ਆਇਆ ਭਾਈ ਕੁਐਸਚਨ ਪੁੱਛਾਂ ਹਾਂ ਹੀ ਹੁੰਦਾ ਹਲਕੇ ਜਿਹੇ ਬੱਚੇ ਨੂੰ 10ਵੀਂ ਕਲਾਸ ਦੇ ਬੱਚਿਆਂ ਦੇ ਪੇਪਰ ਦੇਣੇ ਚਾਹੀਦੇ ਨੇ ਓਕੇ ਇਹ ਕੀ ਬੋਲ ਗਿਆ ਖੈਰ ਚਲੋ ਦਿਓ ਜੀ ਬਾਬਾ ਕੇ ਹੂੰ ਪੰਜ ਪੰਜ ਹੀ ਦੱਸਣਾ ਦੇਖੋ ਪੰਜ ਹੀ ਦੱਸਣਾ ਪੰਜ ਨੇਮ ਦੱਸ ਨੇ ਨੇ ਹਾਂ ਜਿਹਦੇ ਵੀ ਜੱਟ ਜਾਂ ਜੱਟੀ ਦੋਨਾਂ ਵਿੱਚ ਇੱਕ ਹੋਣਾ ਚਾਹੀਦਾ ਕੋਈ ਕੋਈ ਵੀ ਹਾਂ ਕੋਈ ਵੀ ਆਂਦਾ ਹੋਵੇ ਕੋਈ ਵੀ ਆਂਦਾ ਹੋਵੇ ਭਾਵੇਂ ਦੋਨੋਂ ਆਂਦੇ ਭਾਵੇਂ ਇੱਕ ਆਂਦਾ ਹੋਵੇ ਕੋਈ ਵੀ ਆਂਦਾ ਹੋਵੇ ਜੱਟ ਜਾਂ ਜੱਟੀ ਹੋਣਾ ਚਾਹੀਦਾ ਜੱਟ ਜਾਂ ਜੱਟੀ ਹੂੰ ਓਕੇ ਇੱਕ ਤਾਂ ਹੈਗੀ ਆ ਜੱਟੀ ਫਿਲਮਾਂਗੀ ਉਹ ਫਿਲਮ ਦਾ ਨਾਮ ਆ ਜਿਹੜਾ ਉਹਦਾ ਨਾਮ ਫਿਲਮ ਦਾ ਨਾਮ ਹੀ ਜੱਟੀ ਆ ਕੱਲਾ ਜੱਟੀ ਰਾਈਟ ਬਿਲਕੁਲ ਰਾਈਟ ਕੀ ਆ ਬਾਤ ਇੱਕ ਹੋ ਗਿਆ ਜੱਟੀ ਹੋਗਾ ਹੂੰ ਇੱਕ ਹੈ ਬਦਲਾ ਜੱਟੀ ਦਾ ਬਦਲਾ ਜੱਟੀ ਦਾ ਹਾਂਜੀ ਠੀਕ ਹੈ ਇਹ ਵੀ ਸਹੀ ਹੈ ਓਕੇ ਤੇ ਇੱਕ ਹੈਗੀ ਆ ਮੁਕਾਬਲਾ ਜੱਟੀ ਦਾ ਤੁਸੀਂ ਸਾਰੇ ਜੱਟੀ ਦੇ ਪਿੱਛੇ ਪੈ ਗਏ ਨਹੀਂ ਤੁਸੀਂ ਕਿਹਾ ਨਾ ਵੀ ਜੱਟ ਜੱਟੀ ਕੁਛ ਵੀ ਆਣਾ ਚਾਹੀਦਾ ਚਲੋ ਮੁਕਾਬਲਾ ਜੱਟੀ ਦਾ ਇਹ ਵੀ ਠੀਕ ਹੈ ਹਾਂ ਹੈਗੀ ਹੈਗੀ ਫੇਰ ਇੱਕ ਲਗਾ ਲੋ ਤੁਸੀਂ ਕبھی ਤਾਂ ਉਲਝੋਗੇ ਕਿਤੇ ਤਾਂ ਉਲਝੋਗੇ ਇੱਕ ਕਹਿ ਲੋ ਤਿੰਤੇ ਹਾਰ ਗਏ ਤਿੰਤ ਉਲਝ ਗਏ ਹਟ ਜਾ ਨਾ ਕਿਉਂ ਹਟੀਏ ਜਦ ਸਾਡੇ ਨਾਲ ਪੰਗੇ ਲਿੱਤੇ ਅਸੀਂ ਕਿਉਂ ਨਾਲੀਏ ਨਾ ਦੱਸ ਦਿਆਂ ਹੋਰਾਂ ਤੋਂ ਲੋਕਾਂ ਨੇ ਹੈਲਪ ਦੱਸੋ ਬਾਈ ਤੁਸੀਂ ਵੀ ਕਰ ਦਿਓ ਹੈਲਪ ਜਲਦੀ ਜਲਦੀ ਕਮੈਂਟ ਕਰਕੇ ਦੱਸੋ ਪੰਜ ਫਿਲਮਾਂ ਦੇ ਨਾਮ ਜਿਨ੍ਹਾਂ ਵਿੱਚ ਜੱਟੀ ਤੇ ਜੱਟ ਵਰਡ ਆ ਜਿਹੜਾ ਉਹ ਆਂਦਾ ਹੋਵੇ ਕੋਈ ਵੀ ਇੱਕ ਆਂਦਾ ਹੋਵੇ ਜ਼ਰੂਰੀ ਨਹੀਂ ਦੋਨੋਂ ਇਕੱਠੇ ਆਂਦੇ ਹੁਣ ਇੱਕ ਵੀ ਆਏ ਤਾਂ ਵੀ ਚੱਲੂਗਾ ਇੱਕ ਵੀ ਆਂਦਾ ਹੋਵੇ ਚੱਲ ਜੂਗਾ ਕੋਈ ਵੀ ਆਵੇ ਤਿੰਨ ਹੋ ਗਏ ਨੇ ਹਜੇ ਦੋ ਰਹਿ ਗਏ ਤਿੰਨ ਹੋ ਗਏ ਹਾਂ ਸਨ 2000 ਤੋਂ ਪੁਰਾਣੀ ਫਿਲਮ ਆਣੀ ਜਿਹੜੀ ਨਵੀਂ ਨਹੀਂ ਹੋਣੀ ਚਾਹੀਦੀਆਂ ਨਵੀਆਂ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ ਚਲੋ ਮੈਂ ਤੁਹਾਡੇ ਨਾਲ ਆਪਸ਼ਨ ਦੋ ਨਾ ਮੈਨੂੰ ਆਪਸ਼ਨ ਮੈਂ ਤੁਹਾਨੂੰ ਦੇ ਦਿੱਤਾ ਰਿਹਾ ਉਦੇ ਵਿੱਚ ਫਿਲਮਾਂ ਦੇ ਵਿੱਚ ਯੋਗਰਾਜ ਸਿੰਘ ਗੱਗੂ ਗਿਲ ਵੀ ਹੋ ਸਕਦੇ ਨੇ ਕਿਉਂਕਿ ਪੁਰਾਣੀਆਂ ਫਿਲਮਾਂ 'ਚ ਇਹੀ ਹੁੰਦੇ ਸੀਗੇ 25 ਕਿਲੇ ਉਹ ਤਾਂ ਨਵੀਂ ਐ ਨਾਲ ਉਹ ਜੱਟ ਸ਼ਬਦ ਨਹੀਂ ਆਇਆ ਓਕੇ ਤੁਸੀਂ ਫਿਰ ਇੱਥੇ ਐਕਟ੍ਰਾਜ਼ ਨੇਮ ਬੋਲਣਾ ਉਹ ਤਾਂ ਮੈਂ ਨਾ ਆਉਂ ਮੈਂ ਦੇਖੀ ਮੈਂ ਤੁਹਾਨੂੰ ਕਿਹਾ ਹੈ ਕਿ ਜੱਟ ਐ ਜੱਟੀ ਸ਼ਬਦ ਆਉਣਾ ਚਾਹੀਦਾ ਜੱਟ ਐ ਜੱਟੀ ਹੋਣਾ ਚਾਹੀਦਾ ਲਲਕਾਰਾ ਜੱਟੀ ਦਾ ਫਿਰ ਜੱਟੀ ਚਲ ਠੀਕ ਐ ਹਾਗੀ ਹੈਗੀ ਜੱਟ ਜੋਣਾ ਮੋੜ ਕੀ ਬਾਤ ਪੁਰਾਣੀ ਤੇ ਸੁਪਰ ਹਿੱਟ ਫਿਲਮ ਹਾਂ ਠੀਕ ਹੈ ਸਹੀ ਹੈ ਯੈਸ ਸਰ ਪੰਜ ਬੋਲਦੇ ਇੱਕ ਕਰ ਫਿਰ ਪਤਾ ਲੱਗਿਆ ਤੁੱਕਾ ਮਾਰੇ ਯਾਰ ਜੀ ਜੱਟ ਜੋਣਾ ਮੋੜ ਹਾਂ ਲਲਕਾਰਾ ਜੱਟੀ ਦਾ ਹਾਂ ਬਦਲਾ ਜੱਟੀ ਦਾ ਹਾਂ ਮੁਕਾਬਲਾ ਜੱਟੀ ਦਾ ਸਾਰੇ ਜੱਟੀ ਦੇ ਮੁਕਾਬਲੇ ਕੀਤੇ ਸੀ ਚਲੋ ਹਾਂਜੀ ਤੇ ਇੱਕ ਜੱਟੀ ਫਿਰ ਜੱਟੇ ਫਿਰ ਕੀ ਬਾਤ ਨੇ ਹੈ ਛਾ ਗਏ ਤੁਸੀਂ ਪੰਜ ਪੰਜ ਹੋਗੇ ਹੋਗੇ ਹੋਗੀ ਪੰਜ ਹੋ ਗਏ 5 ਮਿੰਟ ਦੇ ਦਿੱਤਾ ਲੋ ਜੀ ਲੈਣੀ ਛਾਕੇ 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 ਇੱਕੋ ਸਵਾਲ ਲੈ ਕੇ ਆਇਆ ਸੀਗਾ ਔਰ ਇੰਟਰਸਟਿੰਗ ਸਵਾਲ ਲੈ ਕੇ ਆਇਆ ਸੀ ਮੈਂ ਦੇਖਿਆ ਨਹੀਂ ਆ ਜਵਾਬ ਦੇ ਪਾਉਗੀ ਪਰ ਇਹਨੇ ਜਵਾਬ ਦੇ ਦਿੱਤਾ ਇਸ ਤੋਂ ਪਤਾ ਲੱਗਾ ਕਿ ਨੇਹਾ ਪੜਾਈ ਕਰਕੇ ਆਈ ਹੈ ਸੁਣਿਆ ਜੀ ਤੁਸੀਂ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੋ ਤੁਹਾਡੇ ਫੋਲੋਅਰ ਨੇ ਮੇਰੇ ਤਾਂ ਹੈ ਨਹੀਂ ਤੁਸੀਂ ਵੀ ਬਈ ਕਮੈਂਟ ਕਰਿਆਗਾ ਜਿਨ੍ਹਾਂ ਨੇ ਉਹਨਾਂ ਦਾ ਥੈਂਕ ਯੂ ਸੋ ਮੱਚ ਸਪੋਟ ਕਰ ਲਈ ਤੇ ਵੀਡੀਓ ਨਾਲ-ਤੋਂ-ਬਾਦ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੇ ਸਾਡੀ ਵੀਡੀਓ ਚ ਕੀ ਕੀ ਕਮੀ ਲੱਗਦੀ ਹੈ ਉਹ ਵੀ ਕਮੈਂਟ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਵੀ ਇਹ ਇਹ ਕਮੀਆਂ ਤੇ ਅਸੀਂ ਇਹਦੇ ਵਿੱਚ ਸੁਧਾਰ ਕਰੀਏ ਤੇ ਹੋ ਤੁਸੀਂ ਹੋਰ ਕੀ ਕੀ ਦੇਖਣਾ ਚਾਹੁੰਦੇ ਹੋ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸੋ ਅੱਜ ਦੀ ਵੀਡੀਓ ਚ ਇੰਨੇ ਹੀ ਮਿਲਦੇ ਆ ਜੀ ਇੱਕ 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 ਜਿਵੇਂ ਅਸੀਂ ਇਨਫੋ ਕੋਰ ਚੈਨਲ ਦੇ ਉੱਤੇ ਬੁਝਾਰਤਾਂ ਦੇ ਵੀਡੀਓ ਪਾਨੇ ਆ ਸੰਗਰੂਰ ਬਲੌਗਰ ਦੇ ਉੱਤੇ ਹੁਣ ਸੰਗਰੂਰ ਬਲੌਗਰ ਨੇਹਾ ਰਥੋਰ ਯਾਨੀ ਕਿ ਨੇਹਾ ਜੀ ਦੇ ਪੇਜ ਦੇ ਉੱਤੇ ਵੀ ਬੁਝਾਰਤਾਂ ਸਵਾਲ ਜਵਾਬ ਫਨੀ ਐਂਟਰੇਨਮੈਂਟ ਦੀ ਵੀਡੀਓ ਆਇਆ ਕਰਨ ਗਈਆਂ ਹਾਂਜੀ ਸੋ ਤੁਸੀਂ ਬੁਝਾਰਤਾਂ ਨੇਗੀਆਂ ਜਿਹੜੇ ਫਨੀ ਕੁਐਸਚਨ ਨੇ ਤੁਸੀਂ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਵੀ ਇਹ ਵਾਲਾ ਫਨੀ ਕੁਐਸਚਨ ਸਾਨੂੰ ਆਉਂਦਾ ਤੁਸੀਂ ਕੋਸ਼ਿਂਦੇ ਵੀ ਵੀਡੀਓ ਬਣਾਇਆ ਕਰਾਂਗੇ ਮਤਲਬ ਕਿ ਤੁਹਾਡੇ ਜਿਹੜੇ ਫਾਲੋਅਰ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਬੁਝਾਰਤਾ ਸੈਂਡ ਕਰ ਸਕਦੇ ਨੇ ਬਿਲਕੁਲ ਤੇ ਆਪਣਾ ਨਾਮ ਵੀ ਦੱਸਿਆ ਕਰੋ ਨਾ ਪਿੰਡ ਦਾ ਨਾਮ ਪਿੰਡ ਦਾ ਨਾਮ ਵੀ ਲੈ ਭਾਈ ਤੁਹਾਡੀ ਚੜ੍ਹਾਈ ਹੋ ਰਹੀ ਹੈ ਪੂਰੀ ਦੇਖ ਲੋ ਤੁਹਾਡੀ ਕੋਈ ਥੋੜੀ ਪ੍ਰੋਮੋਸ਼ਨ ਕਰਨ ਨੂੰ ਫਿਰਦੀ ਹੈ ਫ੍ਰੀ ਚ ਹਾਂਜੀ ਕਹੇ ਪੈਸੇ ਪੈਸੇ ਨਹੀਂ ਫ੍ਰੀ ਹੈ ਮੇਰੇ ਪੇਜਾ ਲਈ ਫ੍ਰੀ ਹੈ ਤੁਹਾਡੇ ਵਾਲੇ ਲਈ ਨਹੀਂ ਹੈ ਲੈ ਦੱਸ ਕੋਈ ਗੱਲ ਤੱਕਾ ਚਲੋ ਭਾਈ ਫ੍ਰੀ ਪ੍ਰੋਮੋਸ਼ਨ ਕਰੇਗੀ ਨਿਹਾਰਾ ਥੋਰ ਤੁਹਾਡਾ ਆਪਣਾ ਨਾਮ ਤੇ ਪਿੰਡ ਦਾ ਨਾਮ ਜਰੂਰ ਲਿਖਿਓ ਠੀਕ ਹੈ ਨਾ ਜੀ ਸੋ ਐਂਡ ਦੇ ਵਿੱਚ ਬਸੀ ਬਸ ਅੱਛਾ ਹਮੇਸ਼ਾ ਮਤਲਬ ਮੈਨੂੰ ਅੱਗੇ ਰੱਖਦੇ ਹੋ ਐਂਡ ਕਰਨ ਦੇ ਲਈ ਇਹ ਤੁਹਾਡਾ ਪੇਜ ਹੈ ਮੈਂ ਤੁਸੀਂ ਕਰਦਾ ਮੈਂ ਨਹੀਂ ਕਰਦਾ ਮੈਂ ਆਪਣੇ ਪੇਜ ਤੇ ਕਰੂੰਗਾ ਮੈਂ ਬੋਲਤਾ ਸਾਰਾ ਅੱਜ ਫਿਰ ਇੱਕ ਵਾਰ ਹੋਰ ਐਂਡ ਕਰ ਦੋ ਸੋ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਦੇ ਆ ਜੀ ਨੈਕਸਟ ਵੀਡੀਓ ਚ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ ਬਾਏ